एसवाईएल मुद्दे ਨੂੰ ਲੈ ਕੇ ਬੋਲੇ ਕੈਬਨਿਟ ਮੰਤਰੀ ਕਟਾਰੂ ਚੱਕ ਕਿਹਾ ਪੰਜਾਬ ਦੇ ਕੋਲ ਨਹੀਂ ਹੈ ਹਰਿਆਣਾ ਨੂੰ ਦੇਣ ਲਈ ਪਾਣੀ ਗੁਰਦਾਸਪੁਰ ਦੀ ਅਨਾਜ ਮੰਡੀ ਪਹੁੰਚੇ ਮੰਤਰੀ ਕਟਾਰੂ ਚੱਕ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਲਾਈਵ ਆ ਪਿਆਡੀ ਦੀ ਗਵਰਨਮੈਂਟ ਲਈ ਪੰਜਾਬ ਚ ਜਿਵੇਂ ਸਾਡਾ ਟੂਰ ਚੱਲ ਰਿਹਾ ਉਹਦੇ ਸਿਲਸਿਲੇ ਚ ਅੱਜ ਮੈਂ ਦਾਣਾ ਮੰਡੀ ਗੁਰਦਾਸਪੁਰ ਚ ਆਇਆ ਔਰ ਇਹ ਜ਼ਿਲ੍ਹਾ ਮੇਰਾ ਬੜਾ ਔਸ਼ਨਲ ਮੇਰੇ ਇਸ ਜ਼ਿਲ੍ਹੇ ਨਾਲ ਸਬੰਧ ਨੇ ਮੇਰੀ ਅਕਰਮ ਭੂਮੀ ਵੀ ਆ ਔਰ ਮੇਰੇ ਨਾਲ ਸਾਡੇ ਬਹੁਤ ਹੀ ਪਿਆਰੇ ਅਜ਼ੀਜ਼ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਵੈਲ ਜੀ ਔਰ ਸਾਡੇ ਗੁਰਦਾਸਪੁਰ ਦੇ ਡੀਸੀ ਸਾਹਿਬ ਸਾਡੇ ਹਲਕਾ ਚਾਰਜ ਦਿਨਾਨਗਰ ਸੰਸ਼ੇਰ ਸਿੰਘ ਜੀ ਸੋ ਸਾਰੇ ਸਾਡੇ ਜਿਹੜੇ ਸਮਸਤ ਅਧਿਕਾਰੀ ਸਿਵਾਰ ਨੇ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਪੈੜੀ ਦਾ ਸੀਜ਼ਨ ਹੈ ਉਹ ਪੀਕ ਤੇ ਜਾ ਰਿਹਾ ਵੱਡੀ ਗਿਣਤੀ ਚ ਕਿਸਾਨ ਮੰਡੀ ਚ ਆਪਣੀ ਦਿਨਸ ਲਾ ਕੇ ਆ ਰਹੇ ਹਰ ਰੋਜ਼ ਨਵੀਆਂ ਖੁਸ਼ਖਬਰੀਆਂ ਪੰਜਾਬ ਦੀਆਂ ਮੰਡੀਆਂ ਚੋਂ ਪ੍ਰੋਕਿਊਰਮੈਂਟ ਨੂੰ ਲੈ ਕੇ ਆ ਰਹੀਆਂ ਨੇ ਸੋ ਲਗਭਗ ਪੰਜਾਬ ਦੇ ਅੰਦਰ ਇਸ ਵੇਲੇ ਤੱਕ 1.58 ਲੱਖ ਜਿਹੜਾ ਮੀਟਿਕ ਟਨ ਆਪਣਾ ਚੋਨਾ ਉਹ ਮੰਡੀਆਂ ਚ ਆ ਚੁੱਕੀ ਔਰ ਖੁਸ਼ੀ ਇਸ ਗੱਲ ਦੀ ਹੈ ਕਿ 1.7 ਲੱਖ ਦੇ ਕਰੀਬ ਪੰਜਾਬ ਦੀਆਂ ਮੰਡੀਆਂ ਦੇ ਵਿੱਚੋਂ ਕਿਸਾਨ ਦੀ ਜਿੰਨਸ ਖਰੀਦੀ ਜਾ ਚੁੱਕੀ ਹੈ ਔਰ ਲਗਭਗ 7 ਲੱਖ ਮੀਟਿਕ ਟਨ ਦੀ ਅਸੀਂ ਲਿਫਟਿੰਗ ਕਰ ਚੁੱਕੇ ਹਾਂ ਆਲਮੋਸਟ 50% ਤੋਂ ਵੱਧ ਤੇ ਖੁਸ਼ੀ ਇਸ ਗੱਲ ਦੀ ਹੈ ਕਿ 1943 ਕਰੋੜ ਰੁਪਈਆ 1943 ਕਰੋੜ ਰੁਪਈਆ ਜਿਹੜਾ ਲਗਾਤਾਰ ਹਰ ਰੋਜ਼ ਮਤਲਬ ਕਿਸਾਨ ਦੇ ਖਾਤੇਾਂ 'ਚ ਜਾ ਰਿਹਾ ਔਰ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਵਾਪਰਿਆ ਮੈਂ ਪਿਛਲੇ 13 ਸਾਲਾਂ ਦਾ ਇਤਿਹਾਸ ਦੇਖ ਰਿਹਾ 13 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਵਾਪਰਿਆ ਕਿ ਕਿਸੇ ਕਿਸਾਨ ਦੀ ਜਿੰਸ ਜਿਹੜੀ ਆ ਮੰਡੀ ਦੇ ਅੰਦਰ 12 ਵਜੇ ਤੋਂ ਲੈ ਕੇ ਬਾਅਦ 4 ਵਜੇ ਤੱਕ ਖਾਤੇ 'ਚ ਪੈਸੇ ਪਾ ਰਿਆ ਹੈ ਦੇਖੋ ਐਸਬੀਐਲ ਦਾ ਮਾਨ ਸਾਹਿਬ ਅੱਜ ਮੀਟਿੰਗ ਹੋ ਰਹੀ ਆ ਪੰਜਾਬ ਦੇ ਹਿੱਤ ਪਹਿਲੂ ਆ ਪੰਜਾਬ ਕੋ ਕੋਈ ਪਾਣੀ ਨਹੀਂ ਹੈ ਪੰਜਾਬ ਕੋ ਇੱਕ ਬੂੰਦ ਵੀ ਪਾਣੀ ਦਾ ਨਹੀਂ ਹੈ ਹਰਿਆਣਾ ਸਾਡਾ ਛੋਟਾ ਭਰਾ ਹੈਗਾ ਸਾਡਾ ਗਵਾਂਡੀ ਰਾਜ ਆ ਪਰ ਅਸੀਂ ਪੰਜਾਬ ਦੇ ਹਿੱਤਾਂ ਦੀ ਜਿਹੜੀ ਆ ਉਹ ਤਰਜਮਾਨੀ ਕਰਦੇ ਆ ਪੰਜਾਬ ਲਈ ਬੜਾ ਸਪਸ਼ਟ ਆਮ ਆਦਮੀ ਪਾਰਟੀ ਦਾ ਸਟੈਂਡ ਹੈਗਾ ਜਿਹੜਾ ਪੁਰਾਣਾ ਪੁਰਾਣਾ ਮਤਲਬ ਜਿਹੜਾ ਬੇਲਾ ਸੀਗਾ ਜਦੋਂ ਪੰਜਾਬ ਕੋ ਪਾਣੀ ਹੁੰਦਾ ਸੀ ਲੇਕਿਨ ਅੱਜ ਪੰਜਾਬ ਕੋ ਪਾਣੀ ਨਹੀਂ ਹੈ ਅੱਜ ਪੰਜਾਬ ਦੇ ਅੰਦਰ ਆਪਣੀ ਪਾਣੀ ਦੀ ਕਿਲਤ ਹੈਗੀ ਐ ਸੋ ਇਸ ਕਰਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨਾ ਪੰਜਾਬ ਦੇ ਹਿੱਤਾਂ ਦਾ ਮਤਲਬ ਪਹਿਰੇਦਾਰ ਬਣ ਕੇ ਜਿਹੜਾ ਆ ਉਹ ਮਾਨ ਸਾਹਿਬ ਦੀ ਸਰਕਾਰ ਨੇ ਮਤਲਬ ਜਿਹੜਾ ਆ ਉਹ ਹੋਣਾ ਆ ਸੋ ਇਸ ਕਰਕੇ ਐਸਵਾਈਐਲ ਦਾ ਮੁੱਦੇ ਦੇ ਉੱਤੇ ਲਗਾਤਾਰ ਜਿਹੜਾ ਸਾਡਾ ਪਾਰਟੀ ਦਾ ਸਟੈਂਡ ਹੈਗਾ ਸੋ ਅੱਜ ਵੀ ਉਹ ਸਟੈਂਡ ਤੇ ਕਾਇਮ ਆ। ਕਿਸਾਨਾਂ ਦਾ ਧਰਨਾ ਸੰਗਰੂਰ ਵਿੱਚ 6 ਦਿਨ ਵਿੱਚ ਹੋ ਗਿਆ ਤਾਂ ਲੱਗਦਾ ਖਤਮ ਹੋਊਗਾ। ਦੇਖੋ ਧਰਨੇ ਲਾਣਾ ਡੈਮੋਕਰੇਟਿਕ ਰਾਈਟ ਹਰ ਵਰਗ ਨੂੰ ਆਪਣੀ ਗੱਲ ਡੈਮੋਕਰੇਟਿਕ ਢੰਗ ਨਾਲ ਸਰਕਾਰ ਕੋ ਰੱਖਣੀ ਉਹਨਾਂ ਦਾ ਰਾਈਟ ਹੈਗਾ ਉਹ ਧਰਨੇ ਉਹਨਾਂ ਉਹਨਾਂ ਨੇ ਲਾਇਆ ਪਰ ਮਾਨ ਸਾਹਿਬ ਨੇ ਜਿਹੜੇ ਵੱਡੇ ਐਲਾਨ ਕੀਤੇ ਆ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ 6 ਮਹੀਨਿਆਂ ਦੀ ਆਪਣੀ ਟਿਨਿਓਰ ਦੇ ਦੌਰਾਨ ਪੀਰੀਅਡ ਦੇ ਦੌਰਾਨ ਬੜੇ ਹਿਸਟੋਰੀਕਲ ਐਲਾਨ ਪੰਜਾਬ ਦੇ ਲੋਕਾਂ ਲਈ ਕੀਤੇ ਆ ਨਾ ਕੇਵਲ ਕਿਸਾਨਾਂ ਲਈ ਬਲਕੇ ਮਲਟੀ ਵਰਗ ਦੇ ਜਿਹੜੇ ਆ ਮਤਲਬ ਲੋਕਾਂ ਲਈ ਵੀ ਤੁਸੀਂ ਦੇਖ ਸਕਦੇ ਹੋ ਕਿ ਨਰਮਾ ਜਿਹੜਾ ਪਿਛਲੀ ਸਰਕਾਰ ਦੇ ਵੇਲੇ ਖਰਾਬ ਹੋਇਆ ਤੇ ਜਦੋਂ ਪਿਛਲੀ ਸਰਕਾਰ ਦੇ ਮੁੱਖ ਮੰਤਰੀ ਨੇ ਕਿਸਾਨਾਂ ਦਾ ਫੋਟੋਆਂ ਲਾ ਕੇ ਪ੍ਰਚਾਰ ਕੀਤਾ ਵੀ ਨਰਮੇ ਦੀਦਾਗੀ ਕਰ ਦਿੱਤੀ ਗਈ ਹੈ ਪਰ 1 ਰੁਪਇਆ ਵੀ ਨਰਮੇ ਦੀਦਾਗੀ ਨਹੀਂ ਕੀਤੀ ਮਾਨ ਸਾਹਿਬ ਨੇ ਤਾਂ ਪਿਛਲੀਆਂ ਸਰਕਾਰਾਂ ਦੀ ਸਮੇਂ ਦਾ ਦੌਰਾਨ ਜਿਹੜਾ ਕਿਸਾਨਾਂ ਦਾ ਸਰਕਾਰ ਵੱਲ ਖੜਿਆ ਸੀਗਾ ਨਰਮਿਆਂ ਦਾ ਬਗਾਇਆ ਉਹ ਵੀ ਜਾਰੀ ਕੀਤਾ ਔਰ ਗੰਨੇ ਦਾ 300 ਕਰੋੜ ਰੁਪਇਆ ਬਕਾਇਆ ਉਹ ਸਾਡੀ ਸਰਕਾਰ ਵੇਲੇ ਦਾ ਨਹੀਂ ਉਹ ਪਿਛਲੀ ਕਾਂਗਰਸ ਸਰਕਾਰ ਵੇਲੇ ਦਾ ਗਵਰਨਮੈਂਟ ਦਾ ਹੈਗਾ ਆ ਜੋ 300 ਕਰੋੜ ਰੁਪਇਆ ਗੰਨੇ ਦਾ ਸਰਕਾਰੀ ਮਿਲਾ ਵਾਲਾ ਉਹ ਵੀ ਜਾਰੀ ਕੀਤਾ 20 ਰੁਪਏ 20 ਰੁਪਏ ਜਿਹੜਾ ਆ ਉਹ ਗੰਨੇ ਦੇ ਰੇਟ ਤੋਂ ਵਾਧਾ ਕੀਤਾ ਆ ਸੋ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਸਾਬ ਕਿਸਾਨ ਹਿੱਤਾਂ ਦੇ ਪਹਿਰੇਦਾਰ ਹੈਗੇ ਆ ਬਿਜਲੀ ਦਾ ਬੜਾ ਇਤਿਹਾਸਕ ਫੈਸਲਾ ਪੰਜਾਬ ਦੇ ਲੋਕਾਂ ਲਈ ਕੀਤਾ 600 ਯੂਨਟ ਬਿਜਲੀ ਦਾ ਬਿਨਾ ਕਿਸੇ ਜਾਤੀਬੰਦਨ ਤੋਂ ਹਰੇਕ ਵਰਗ ਨੂੰ ਪੰਜਾਬ ਦੇ ਅੰਦਰ ਸੋ ਆਲਮੋਸਟ 47 ਲੱਖ ਪਰਿਵਾਰਾਂ ਦਾ ਜਿਹੜਾ ਬਿਜਲੀ ਬਿੱਲ ਹੈ ਉਹ ਅਰਕਾ ਜ਼ੀਰੋ ਆਇਆ ਪੰਜਾਬ 'ਚ ਇਹ ਹੋਰ ਬਦਨਾ ਆਣ ਵਾਲੇ ਦਿਨਾਂ ਦੇ ਅੰਦਰ ਸੋ ਵੱਡੇ ਜਿਹਨੂੰ ਆਪਾਂ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੇ ਆ ਰੰਗਲਾ ਪੰਜਾਬ ਸ਼ਬਦਾਂ ਨਾਲ ਨਹੀਂ ਜਿਹੜਾ ਰੂਡ ਮੈਪ ਸਰਕਾਰ ਨੇ ਕੀਤਾ ਇਹਦੇ ਨਾਲ ਬਣਨਾ ਸੋ ਪੰਜਾਬ ਦੇ ਅੰਦਰ ਹੁਣ ਤੱਕ 18000 ਖਾਲੀ ਸਾਮੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਨੇ 18000 ਕੱਚੇ ਮਲਾਜ਼ਮ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਐਨ ਪੂਰੀ ਮਤਲਬ ਜਿਹੜੀ ਹੈ ਸਿਖਰ ਵਾਲੇ ਪਾਸੇ ਜਾ ਰਹੀ ਹੈ ਉਹਦੀ ਸ਼ੁਰੂਆਤ 8700 ਸਿੱਖਿਆ ਪ੍ਰੋਵਾਈਡਰਾਂ ਨੂੰ ਪੱਕੇ ਕਰਕੇ ਸਰਕਾਰ ਨੇ ਕਰ ਦਿੱਤੀ ਆ ਸੋ ਇਸ ਕਰਕੇ ਕੱਲਾ ਕੱਲਾ ਵਰਗ ਜਿਹੜਾ ਪੰਜਾਬ ਦਾ ਕੱਲਾ ਕੱਲਾ ਸਵਾਲ ਉਹਨਾਂ ਦਾ ਸੁਣ ਰਹੇ ਆ ਸਵਾਲਾਂ ਵਾਲੇ ਸਮਝ ਹੋਰ ਵੱਡੇ एलान ਪੰਜਾਬ ਦੇ ਲੋਕਾਂ ਲਈ ਤੁਹਾਨੂੰ ਪੰਜਾਬ ਦੀ ਸਰਜ਼ਮੀਨ ਨੂੰ ਪਿਆਰਾ ਸਰ ਖੜੇ ਕਰਨ ਲਈ ਜੁੰਦਾ ਜਾਗਦਾ ਪੰਜਾਬ ਬਣਨ ਲਈ ਕੀਤੇ ਜਾਣਗੇ ਸੋ ਮੈਨੂੰ ਉਮੀਦ ਆ ਜਿਹੜਾ ਪੈੜੀ ਦਾ ਸੀਜ਼ਨ ਆ ਉਹ ਸਾਡਾ ਖੂਬਸੂਰਤ ਰਹੂਗਾ ਇਹ ਮੇਰੀ ਆਸ ਹੈ ਸਾਨੇ ਵੀ ਕਹਿ ਰਹੇ ਕਿ ਮੁਕਮਲ ਸਾਰਾ ਮੀਟਿੰਗ ਹੋਈ ਸੀ ਉਹ ਚ ਕਹਿ ਵੀ ਰੈਡ ਐਂਟਰੀ ਜਾਂ ਪੱਚੇ ਦਜਨੇ ਕੀ ਕਿਸੇ ਤਰ੍ਹਾਂ ਦੀ ਵੀ ਕੋਈ ਰੈਡ ਐਂਟਰੀ ਨਹੀਂ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਪਰ ਅਸੀਂ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਪਰਾਲੀ ਨਾ ਜਲਾਈ ਜਾਵੇ ਪਰਾਲੀ ਨਾ ਕੇਵਲ ਕੋਈ ਇਕੱਲਾ ਗੈਰ ਕਿਸਾਨਾਂ ਨੂੰ ਧੁੰਗੇ ਨਹੀਂ ਖਰਾਬ ਕਰਨਾ ਕਿਸਾਨਾਂ ਨੂੰ ਵੀ ਕਰਨਾ ਆਪਾਂ ਵੀ ਸਾਜਿ ਸੇ ਵਾਤਾਵਰਣ ਚ ਰਹਿਣਾ ਸਾਡਾ ਕਾਨੂੰਨ ਵੀ ਕਹਿੰਦਾ ਸਾਡੇ ਗੁਰੂ ਸਿਵਾਨਾਂ ਨੇ ਵੱਡੀਆਂ ਗੱਲਾਂ ਕਹੀਆਂ ਵਾਤਾਵਰਣ ਨੂੰ ਲੈ ਕੇ ਬਹੁਤ ਵੱਡੀਆਂ ਗੱਲਾਂ ਸਨਮਾਨ ਜੋ ਗੱਲਾਂ ਉਹਨਾਂ ਨੇ ਕਿਹਾ ਆਪਾਂ ਮੰਨ ਲਈਏ ਗੁਰੂ ਸਿਵਾਨਾਂ ਦਾ ਸੋ ਇਸ ਕਰਕੇ ਇੱਕ ਸਵਾ ਲੱਖ ਮਸ਼ੀਨ ਪੰਜਾਬ ਦੇ ਅੰਦਰ ਸਰਕਾਰ ਨੇ ਖਰੀਦ ਕੇ ਥੱਲੇ ਭੇਜੀ ਆ ਉਸ ਮਸ਼ੀਨ ਦਾ ਇਸਤੇਮਾਲ ਕਰਕੇ ਗੋਲ ਕੀਤੇ ਜਾਣ ਸੋ ਪ੍ਰਾਲੀ ਨੂੰ ਨਾ ਜਲਾਇਆ ਜਾਵੇ ਸਾਡੇ ਹੰਬਲ ਹੰਬਲ ਰਿਕਵੈਸਟ 6 ਐਂਟਰੀਆਂ ਕੀਤੀਆਂ ਗਈਆਂ ਨੇ ਨਹੀਂ ਕਿਸੇ ਤਰ੍ਹਾਂ ਦੀ ਕੋਈ ਐਂਟਰੀ ਨਹੀਂ ਹੋਏਗੀ ਕੋਈ ਪ੍ਰੋਬਲਮ ਨਹੀਂ ਹੈ ਸਰਕਾਰ ਦਾ ਕੋਈ ਏਜੰਡਾ ਨਹੀਂ ਇਦਾਂ ਦਾ ਕੋਈ ਐਸੀ ਗੱਲ ਹੈਗੀ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਸਰਕਾਰ ਨੇ ਇੱਕ ਵਾਰ ਤੋਂ ਫਿਰ ਜਿਹੜੀ ਉਹ ਪ੍ਰੋਬਲਮ ਮਿਲ ਗਈ ਹੈ ਜੀ ਕੋਡ ਦਾ ਮੈਟਰ ਆ ਜੀ ਕਿਤਾ ਉਹਨਾਂ ਦਾ ਕੋਡ ਦਾ ਹੈਗਾ ਕੋਡ ਨੇ ਕਿਹਨੂੰ ਪ੍ਰੋਲ ਦੇਣੀ ਹੈ ਕਿਹਨੂੰ ਨਹੀਂ ਦੇਣੀ ਇਹ ਉਹਨਾਂ ਦਾ ਬੀਐਸ ਨੇ ਇੱਕ ਵੱਡੀ ਕਾਰਵਾਈ ਕੀਤੀ ਆ ਪਾਕਿਸਤਾਨ ਡਰੋਨ ਨੂੰ ਜਲਾਵਾਜ ਕਰਾਇਆ ਰਿਕਵਰ ਕੀਤਾ ਨਹੀਂ ਉਹ ਬਹੁਤ ਅੱਛੀ ਗੱਲ ਆ ਔਰ ਮੈਂ ਧੰਨਵਾਦ ਕਰਦਾ ਮੈਂ ਅਪਰੀਸ਼ੀਏਟ ਕਰਦਾ ਸਾਡੇ ਜਿਹੜੇ ਬਾਰਡਰ ਸਕਿਉਰਿਟੀ ਫੋਰਸ ਦਾ ਸਾਡੇ ਗੁਰਦਾਸਪੁਰ ਦੇ ਪ੍ਰਸ਼ਾਸਨ ਦਾ ਸੋ ਭਾਵੇਂ ਵਿਖਦੇ ਅੰਦਰ ਵੀ ਜਿਹੜੀਆਂ ਪਾਕਿਸਤਾਨ ਵੱਲੋਂ ਚੁਣੌਤੀਆਂ ਕੋ ਹੋਣਗੀਆਂ ਇਸੇ ਤਰ੍ਹਾਂ ਟੱਕਰਾਂ ਕਰਕੇ ਆਪਣਾ ਤੁਸੀਂ ਚਿੰਤਾ ਨਾ ਕਰੋ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਜਨਮਾਨਸ ਦਾ ਖਿਆਲ ਰੱਖਣਾ ਸੁਰੱਖਿਅਤ ਰੱਖਣਾ ਪੰਜਾਬ 'ਚ ਸ਼ਾਂਤੀ ਭਾਈਚਾਰਾ ਰੱਖਣਾ ਇਹ ਸਾਡੀ ਸਰਕਾਰ ਦੇ ਆ ਮਤਲਬ ਜਿਹੜਾ ਜੱਡੇ ਦੇ ਉੱਤੇ ਆ ਸੋ ਜਿਉਂਦਾਬਾਸਾ ਰਹੇ ਪੰਜਾਬ ਸਾਡਾ ਗੁਰਦਾਸਪੁਰ ਗਵਰਨਮੈਂਟ ਦਾ ਸੀਜ਼ਨ ਲਈ ਮ ਆਇਆ ਬਹੁਤ ਅੱਛਾ ਚੱਲ ਰਿਹਾ ਮੈਨੂੰ ਖੁਸ਼ੀ ਹੈ ਗਰਦਾਸਪੁਰ ਦੀ ਮੰਡੀ ਚ ਥੈਂਕ ਯੂ